ਸਤਿ ਸ਼੍ਰੀ ਅਕਾਲ ਜੀ। ਮਾਤਾ ਗੁਜਰੀ ਕਾਲਜ ਦਾ ਆਫੀਸ਼ੀਅਲ ਯੂਟਿਊਬ ਚੈਨਲ ਵੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਗੁਰਿੰਦਰਪਾਲ ਸਿੰਘ ਸਵਾਗਤ ਕਰਦਾ ਜੀ। ਅੱਜ ਦਰਸ਼ਕੋ, ਅਕਸਰ ਅਸੀਂ ਬਹੁਤ ਸਾਰੇ ਪ੍ਰੋਗਰਾਮਸ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਇਸ ਪ੍ਰੋਗਰਾਮ ਦੇ ਉੱਤੇ, ਜੋ ਤਮਾਮ ਕਾਲਜ ਦੇ ਵਿੱਚ ਮਨਾਏ ਜਾਂਦੇ ਨੇ। ਅਤੇ ਅੱਜ ਬਹੁਤ ਹੀ ਖਾਸ ਦਿਵਸ ਮਨਾਇਆ ਜਾ ਰਿਹਾ ਜੀ, ਵਰਲਡ ਐਨਵਾਇਰਮੈਂਟਲ ਹੈਲਥ ਡੇ। ਜੀ ਹਾਂ, ਗੁਰਬਾਣੀ ਫਰਮਾਉਂਦੀ ਹੈ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਤਿੰਨੋਂ ਅਸੀਂ ਪਲੀਤ ਕਰ ਚੁੱਕੇ ਹਾਂ ਅਤੇ ਪਲੀਤ ਕਰਨ 'ਤੇ ਤੁਲੇ ਹੋਏ ਹਾਂ, ਪਰ ਸਾਨੂੰ ਬਚਾਉਣ ਦੀ ਲੋੜ ਹੈ ਇਹਨਾਂ ਨੂੰ। ਸੋ ਇਸੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮੇਰਾ ਸਾਥੀ ਜੀ ਕਬੀਰ ਸਿੰਘ, ਅੱਜ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਕਬੀਰ, ਅਸੀਂ ਤੁਹਾਡਾ ਨਿੱਘਾ ਜੀ ਹਾਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ 'ਚ। ਧੰਨਵਾਦ ਗੁਰਿੰਦਰ ਵੀਰ। ਜਿਵੇਂ ਵੀ ਮੈਂ ਦੱਸਿਆ ਕਿ ਅਸੀਂ ਜਿਹੜਾ ਵਾਤਾਵਰਨ ਹੈ ਉਹ ਪਲੀਤ ਕਰ ਚੁੱਕੇ ਹਾਂ ਜੀ, ਕਰ ਵੀ ਰਹੇ ਹਾਂ। ਸਾਨੂੰ ਪਤਾ ਕਿ ਇਹ ਪਲੀਤ ਹੁੰਦਾ ਜਾ ਰਿਹਾ, ਪਰ ਫਿਰ ਵੀ ਇਹਦੇ ਜਿਹੜੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਨੇ ਉਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ, ਪਰ ਫਿਰ ਵੀ ਅਸੀਂ ਕੋਸ਼ਿਸ਼ ਨਹੀਂ ਕਰਦੇ ਇਹਨੂੰ ਬਚਾਈਏ। ਤੁਸੀਂ ਦੇਖੋ, ਪਿਛਲੇ ਗਰਮੀਆਂ ਦੀ ਗੱਲ ਕਰੀਏ, ਇਸ ਪਿਛਲੀ ਗਰਮੀਆਂ ਤੇ ਇਸ ਗਰਮੀਆਂ ਦੀ ਗੱਲ ਕਰੀਏ, ਖਾਸ ਕਰਕੇ ਟੈਂਪਰੇਚਰ ਦੇਖੋ ਕਿੰਨਾ ਵੱਧ ਗਿਆ ਸੀਗਾ। ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਣਾ, ਤੁਸੀਂ ਵੀ ਖੁਦ ਮਹਿਸੂਸ ਕੀਤਾ ਹੋਣਾ, ਸੋ ਕਿੰਨਾ ਜ਼ਿਆਦਾ ਟੈਂਪਰੇਚਰ ਵੱਧ ਗਿਆ ਸੀਗਾ ਜੀ। ਉਹ ਦੇਖੋ ਵੀ ਪਿਛਲੇ ਸਾਲ ਆਪਾਂ ਕਹਿੰਦੇ ਸੀ ਵੀ ਸਰਦੀ ਵੀ ਬਹੁਤ ਹੋਈ ਸੀ ਤੇ ਇਸ ਵਾਰ ਗਰਮੀ ਵੀ ਓਨੀ ਪਈ ਹੈ, ਹਨਾ। ਹਾਂਜੀ, ਸਰਦੀ ਆਪਾਂ ਜਨਵਰੀ ਫਰਵਰੀ ਤੱਕ ਇਸ ਵਾਰ ਬਹੁਤ ਦੇਖੀ ਜੀ, ਪਿਛਲੇ ਸਾਲ ਦੀ ਗੱਲ ਕਰੀਏ, ਤੇ ਹੁਣ ਗਰਮੀ ਹੁਣ ਵੀ ਜਾਣ ਦਾ ਨਾਮ ਨਹੀਂ ਲੈ ਰਹੀ ਹਾਲੇ ਤੱਕ। ਇਹ ਹੋ ਸਾਰਾ ਕੁਝ এনवायरमेंट ਆਪਾਂ ਖਰਾਬ ਕਰ ਰਹੇ ਹਾਂ ਉਹਦੇ ਕਰਕੇ ਹੋ ਰਿਹਾ ਨਾ ਸਾਰਾ ਕੁਝ। ਹਾਂਜੀ, ਇਸੇ ਕਾਰਨ ਇਹ ਦਿਵਸ ਮਨਾ ਰਹੇ ਹਾਂ ਆਪਾਂ, ਖਾਸ ਕਰਕੇ ਅੱਜ, ਕਿ ਸਾਨੂੰ ਆਪਣੀ ਜਿਹੜੀ ਧਰਤੀ ਮਾਂ ਨੂੰ ਬਚਾਉਣ ਦੀ ਲੋੜ ਹੈ, ਪਾਣੀ ਨੂੰ ਬਚਾਉਣ ਦੀ ਲੋੜ ਹੈ, ਜਿਹਨੂੰ ਆਪਾਂ ਪਾਣੀ ਨੂੰ ਪਿਤਾ ਮੰਨਦੇ ਹਾਂ, ਠੀਕ ਹੈ ਜੀ। ਹਾਂਜੀ, ਤੇ ਪਵਨ ਨੂੰ ਗੁਰੂ ਮੰਨਦੇ ਹਾਂ ਜੀ ਆਪਾਂ, ਹਵਾ ਨੂੰ ਖਾਸ ਕਰਕੇ, ਤੇ ਜਿਹੜੀ ਧਰਤੀ ਆ ਉਹਨੂੰ ਮਾਤਾ ਮੰਨਦੇ ਆ। ਸੋ ਮੇਰਾ ਖਿਆਲ ਹੈ ਤਿੰਨਾਂ ਚੀਜ਼ਾਂ ਨੂੰ ਬਚਾਉਣ ਦੀ ਬੜੀ ਹੀ ਸਖ਼ਤ ਲੋੜ ਹੈ ਸਾਰਿਆਂ ਨੂੰ, ਹਨਾ। ਕਿਉਂਕਿ ਤੁਸੀਂ ਦੇਖੋ ਪ੍ਰਦੂਸ਼ਣ ਕਿੰਨਾ ਜ਼ਿਆਦਾ ਵੱਧ ਗਿਆ, ਕਿ ਪ੍ਰਦੂਸ਼ਣ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਸਾਨੂੰ ਹਵਾ ਦੇ ਵਿੱਚ ਸਾਹ ਲੈਣਾ ਇੰਨਾ ਕੁ ਔਖਾ ਹੋ ਗਿਆ, ਕਿ ਅਸੀਂ ਬਹੁਤ ਸਾਰੀਆਂ ਅਨੇਕਾਂ ਬਿਮਾਰੀਆਂ ਲਾ ਚੁੱਕੇ ਹਾਂ। ਤੁਸੀਂ ਦੇਖੋ ਹਸਪਤਾਲਾਂ ਦੇ ਵਿੱਚ ਆਪਾਂ ਗੇੜਾ ਲਾਈਏ ਤਾਂ ਅਕਸਰ ਗਾਏ ਬਗਾਏ ਅਸੀਂ ਬਿਮਾਰ ਤਾਂ ਹੋ ਹੀ ਜਾਂਦੇ ਹਾਂ। ਅਸਥਮਾ ਲਾ ਲਓ, ਹਨਾ, ਸਾਹ ਦੀਆਂ ਆਪਾਂ ਪਵਨ ਉਹਨੂੰ ਆਪਾਂ ਪ੍ਰਦੂਸ਼ਿਤ ਕਰ ਲਿਆ, ਪਾਣੀ ਆਪਾਂ ਪ੍ਰਦੂਸ਼ਿਤ ਕਰ ਲਿਆ, ਧਰਤੀ ਆਪਾਂ ਪ੍ਰਦੂਸ਼ਿਤ ਕਰ ਲਈ, ਆਪਣੇ ਕੋਲ ਰਹਿ ਕੀ ਗਿਆ ਫਿਰ এনवायरमेंट ਆਪਾਂ ਖਰਾਬ ਕਰ ਚੁੱਕੇ। ਪ੍ਰਮਾਤਮਾ ਨੇ ਨਾ ਸਾਨੂੰ ਇੱਕ ਕੁਦਰਤ ਦਿੱਤੀ ਸੀਗੀ ਕਿ ਤੁਸੀਂ ਇਹਨੂੰ ਯੂਜ਼ ਕਰਨਾ ਜੀ, ਤੇ ਉਹ ਕੁਦਰਤ ਸਾਨੂੰ ਦੂਸ਼ਿਤ ਕਰਨ ਵਾਸਤੇ ਨਹੀਂ ਦਿੱਤੀ ਸੀਗੀ ਪ੍ਰਮਾਤਮਾ ਨੇ, ਹਨਾ। ਸੋ ਸਾਨੂੰ ਉਹਨੂੰ ਯੂਜ਼ ਇਸ ਕਰਨ ਵਾਸਤੇ ਦਿੱਤੀ ਸੀ ਤਾਂ ਕਿ ਅਸੀਂ ਉਹਦੇ ਵਿੱਚ ਵਧੀਆ ਚੀਜ਼ਾਂ ਕੱਢ ਸਕੀਏ, ਖਾਸ ਕਰਕੇ ਨਾ ਕਿ ਉਹਨੂੰ ਦੂਸ਼ਿਤ ਕਰੀਏ, ਪ੍ਰਦੂਸ਼ਿਤ ਕਰੀਏ। ਸੋ ਮੇਰਾ ਖਿਆਲ ਹੈ ਕਿ ਸਾਨੂੰ ਆਪਣੀ ਕੁਦਰਤ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਆਪਾਂ ਗੱਲ ਕਰਾਂਗੇ, ਖਾਸ ਕਰਕੇ ਬਹੁਤ ਸਾਰਾ ਪ੍ਰਦੂਸ਼ਣ ਹੋ ਰਿਹਾ, ਪ੍ਰਦੂਸ਼ਣ ਖਾਸ ਕਰਕੇ ਹਵਾ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ। ਤੁਸੀਂ ਦੇਖੋ ਗੱਡੀਆਂ ਦੇ ਵਿੱਚੋਂ ਕਿੰਨਾ ਹਜ਼ਾਰਾਂ ਧੂੰਆਂ, ਫੈਕਟਰੀਆਂ ਦੇ ਵਿੱਚੋਂ, ਅੱਛਾ ਘਰਾਂ ਦੇ ਵਿੱਚ ਵੀ ਆਪਾਂ ਵਾਲਾ ਜਲਾਨੇ ਰਹਿੰਦੇ ਹਾਂ, ਕੂੜਾ ਕਰਕਟ ਪਲਾਸਟਿਕ ਕਿੰਨਾ ਕੁਝ ਚੱਲਦਾ। ਅੱਗੇ ਅੱਗੇ ਦੀਵਾਲੀ ਆਉਣੀ, ਆਪਾਂ ਨੂੰ ਉਹਦੇ ਤੇ ਵੀ ਬੰਬ ਪਟਾਕੇ ਚਲਾਉਣੇ, ਉਹ ਘਟਾਉਣਾ ਚਾਹੀਦਾ ਸਭ ਚੀਜ਼ਾਂ, ਹਨਾ, ਫੈਕਟਰੀਆਂ ਦਾ ਗੰਦਾ ਧੂਹਾ। ਤੇ ਆਪਾਂ ਜਿੱਥੇ ਮੈਂ ਕਹਿੰਦਾ ਵੀ ਵਹੀਕਲ ਦੀ ਨਹੀਂ ਲੋੜ, ਜਿੱਥੇ ਤੁਰ ਕੇ ਪਹੁੰਚਿਆ ਜਾ ਸਕਦਾ ਨੇੜੇ ਤੇੜੇ ਜਾਣ ਲਈ, ਉੱਥੇ ਆਪਾਂ ਤੁਰਨਾ ਚਾਹੀਦਾ। ਦੇਖੋ ਤੁਰਨੇ ਦੀ ਗੱਲ ਤੋਂ ਆਇਆ ਮੈਨੂੰ ਯਾਦ ਕਿ ਕਿਤੇ ਤੁਰਨ ਨਾਲ ਕਸਰਤ ਹੁੰਦੀ ਹੈ, ਬਿਲਕੁਲ, ਤੇ ਇੱਕ ਸਾਡਾ ਪੈਸੇ ਬਚ ਜਾਂਦੇ ਪੈਟਰੋਲ ਦੇ, ਪੈਸੇ ਸਰੀਰ ਵੀ ਆਪਣਾ ਤੰਦਰੁਸਤ ਰਹਿੰਦਾ, ਸਰੀਰ ਵੀ ਤੰਦਰੁਸਤ ਰਹਿੰਦਾ। ਸੋ ਬੜੀ ਸੋਹਣੀ ਗੱਲ ਕਹੀ ਕਿ ਸਾਈਕਲ ਚਲਾਓ, ਖਾਸ ਕਰਕੇ ਸਾਈਕਲ ਵੀ ਚਲਾ ਲਓ ਤੇ ਤੁਰੋ ਜਿਵੇਂ ਮਰਜ਼ੀ, ਜਿਵੇਂ ਮਰਜ਼ੀ ਅਗਰ ਤੁਸੀਂ ਥੋੜਾ ਨੇੜੇ ਜਾਣਾ ਤਾਂ ਤੁਸੀਂ ਤੁਰ ਕੇ ਜਾ ਸਕਦੇ ਹੋ, ਉਹਦੀ ਜਗ੍ਹਾ ਆਪਾਂ ਆਪਾਂ ਉਹਦੇ ਵਿੱਚ ਆਪਾਂ ਹਿੱਸਾ ਪਾ ਲਾਂਗੇ ਨਾ, ਵੀ ਅਸੀਂ ਪ੍ਰਦੂਸ਼ਿਤ ਕਰਨ ਵਾਲਿਆਂ ਦੇ ਵਿੱਚ ਨਹੀਂ ਆ ਰਹੇ। ਹਾਂਜੀ, ਪਰ ਕਈ ਵਾਰ ਕੀ ਹੁੰਦਾ ਨਾ, ਸਾਡੇ ਜਿਹੜੇ ਨੌਜਵਾਨ ਖਾਸ ਕਰਕੇ ਹੈ, ਉਹਨਾਂ ਸੰਗ ਸ਼ਰਮ ਮਹਿਸੂਸ ਕਰਦੇ ਨੇ ਕਿ ਮੈਨੂੰ ਫਲਾਣਾ ਚਾਹੀਦਾ ਕਿ ਮੈਂ ਸਾਈਕਲ 'ਤੇ ਜਾ ਰਿਹਾ ਯਾਰ, ਜਾਂ ਮੈਂ ਫਿਰ ਤੁਰ ਕੇ ਜਾ ਰਿਹਾ।
ਸੋ ਇਹ ਗੱਲ ਵਿੱਚ ਸਾਡੇ ਦਰਸ਼ਕਾਂ ਦੇ ਵਿੱਚ ਆ ਜਾਂਦੀ ਹੈ, ਪਰ ਮੇਰਾ ਖਿਆਲ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਤਦ ਹੀ ਜਾ ਕੇ ਅਸੀਂ ਆਪਣੀ ਇੱਕ ਇੱਕ ਅਲੱਗ ਪਹਿਚਾਣ ਬਣਾ ਸਕਾਂਗੇ ਅਤੇ ਆਪਾਂ ਆਪਣੇ ਵਾਤਾਵਰਣ ਨੂੰ ਖਾਸ ਕਰਕੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਾਂਗੇ। ਅਤੇ ਉਹਦੇ ਵਿੱਚ ਇੱਕ ਹੋਰ ਗੱਲ ਕਰਨੀ ਚਾਹੀਦੀ ਹੈ ਸਾਨੂੰ ਕਿ ਜਿਹੜਾ ਪਲਾਸਟਿਕ ਹੈ ਨਾ, ਉਹ ਉਹਨੂੰ ਵਰਤਣ ਦੇ ਵਿੱਚ ਵੀ ਅਤੇ ਉਹਨੂੰ ਜਲਣ ਦੇ ਵਿੱਚ ਵੀ ਘਟਾਉਣਾ ਚਾਹੀਦਾ। ਬਹੁਤ ਉਹ ਇਹ ਬਹੁਤ ਇਫੈਕਟ ਕਰ ਰਿਹਾ ਪਲਾਸਟਿਕ, ਛੇਤੀ ਛੇਤੀ ਦੇਖੋ ਇਹ ਤਾਂ ਨਾ ਵੀ ਉਹ ਵੀ ਮਿਲਦੀ ਵੀ ਨਹੀਂ ਹੈਗੀ ਕਿਸੇ 'ਚ, ਇਹਨੂੰ ਦੱਬਾਂਗੇ ਵੀ ਆਪਾਂ ਇਹਨੇ ਛੇਤੀ ਉਹ ਨਹੀਂ ਹੋਣਾ ਹੈਗਾ, ਅਤੇ ਇਹਨੂੰ ਘਟਾਓ ਜੇ ਆਪਾਂ ਪਲਾਸਟਿਕ ਤਾਂ ਮੈਂ ਕਹਿੰਦਾ ਵੀ ਵਰਤੀ ਨਾ ਜੇ ਤਾਂ ਬਹੁਤ ਬੈਟਰ ਹੋਵੇ ਹੈ ਨਾ। ਹਾਂ, ਅਤੇ ਇਹਦੇ ਲਈ ਮੈਨੂੰ ਮੇਰਾ ਜ਼ਹਿਨ 'ਚ ਗੱਲ ਆ ਰਹੀ ਹੈ ਕਿ ਅਸੀਂ ਨਾ ਸਾਡੀਆਂ ਪੁਰਾਣੀਆਂ ਬੀਬੀਆਂ ਘਰ ਦੇ ਵਿੱਚ ਸਵਾਣੀਆਂ ਹੁੰਦੀਆਂ ਸੀਗੀਆਂ, ਸਾਡੀਆਂ ਦਾਦੀਆਂ ਹੈ ਨਾ ਪੜਦਾਦੀਆਂ, ਉਹ ਕੀ ਕਰਦੀਆਂ ਸੀਗੀਆਂ ਪਹਿਲਾਂ ਨਾ ਝੋਲੇ ਬਣਾ ਦਿੰਦੇ ਸੀਗੀਆਂ। ਹਾਂਜੀ ਬਿਲਕੁਲ, ਹੈ ਨਾ ਝੋਲੇ ਥੈਲੇ ਖਾਸ ਕਰਕੇ ਕੱਪੜੇ ਦੇ ਝੋਲੇ, ਕੱਪੜੇ ਕਿ ਕੋਈ ਪੁਰਾਣਾ ਕੱਪੜਾ ਬਚ ਗਿਆ ਦਰੀ ਦੇ ਵਿੱਚੋਂ ਜਾਂ ਕੁਛ ਵੀ ਹੈ ਨਾ, ਤਾਂ ਉਹਦੇ ਝੋਲੇ ਬਣਾ ਦਿੱਤਣੀ ਆ ਜੀ। ਉਹ ਪੁਰਾਣੇ ਬਜ਼ੁਰਗ ਨਾ ਜਦੋਂ ਸ਼ਹਿਰ ਜਾਂਦੇ ਸੀਗੇ ਸੌਦਾ ਪੱਤਾ ਲੈਣ, ਕਦੇ ਕਦੇ ਕਿਉਂਕਿ ਪਹਿਲਾਂ ਸ਼ਹਿਰ ਜਾਣ ਦਾ ਰੁਝਾਨ ਘੱਟ ਸੀਗਾ ਤੇ ਸਾਰਾ ਕੁਝ ਘਰੇ ਮਿਲਦਾ ਸੀਗਾ, ਅਗਰ ਕੋਈ ਚੀਜ਼ ਖਾਸ ਲੈ ਕੇ ਵੀ ਤਦ ਹੀ ਜਾ ਕੇ ਸਾਡੇ ਬਜ਼ੁਰਗ ਖਾਸ ਕਰਕੇ ਜਾ ਕੇ ਸ਼ਹਿਰੋਂ ਲੈ ਕੇ ਜਾਂਦੇ ਸੀਗੇ ਸੌਦਾ ਪੱਤਾ। ਪਰ ਹੁਣ ਤਾਂ ਸਾਰਾ ਕੁਝ ਬਾਜ਼ਾਰ 'ਚ ਮਿਲਦਾ, ਅਸੀਂ ਘਰ 'ਚ ਕੁਝ ਰੱਖਦੇ ਨਹੀਂ ਹੈਗੇ ਜਾਂ ਕੁਝ ਉਗਾਉਂਦੇ ਨਹੀਂ ਹੈਗੇ, ਬਾਜ਼ਾਰ 'ਚ ਲੈਣਾ ਪਸੰਦ ਕਰਦੇ ਨੇ। ਅਤੇ ਅਸੀਂ ਕੀ ਕਰਦੇ ਹਾਂ ਉੱਥੇ ਨਾ ਪਲਾਸਟਿਕ ਦੇ ਲਿਫਾਫੇ, ਅਗਲਾ ਵੀ ਬੜੇ ਟੌਰ ਨਾਲ ਲਿਫਾਫੇ ਪੈਕ ਕਰਕੇ ਸਾਨੂੰ ਲਿਫਾਫੇ 'ਚ ਦੇ ਦਿੰਦਾ। ਉਹ ਪਲਾਸਟਿਕ ਦੇ ਲਿਫਾਫੇ ਫਿਰ ਆਪਾਂ ਜੇ ਵਰਤ ਕੇ ਐਵੇਂ ਸਿੱਟ ਦਿੰਦੇ ਹਾਂ, ਕੋਈ ਪਾਣੀ ਦੇ ਵਿੱਚ ਚਲ ਜਾਂਦਾ, ਪਾਣੀ ਖਰਾਬ ਹੁੰਦਾ, ਕਈ ਵਾਰ ਤਾਂ ਆਪਾਂ ਦੇਖਦੇ ਹਾਂ ਬੜੇ ਬੜੇ ਗੱਡੇ ਖੋਦ ਕੇ ਉਹ 'ਚ ਦੱਬ ਦਿੰਦੇ ਹਾਂ ਅਤੇ ਉਹ ਮਿੱਟੀ ਖਰਾਬ ਹੋ ਰਹੀ ਹੈ ਆਪਣੀ। ਇੱਥੇ ਗੱਲ ਆਉਂਦੀ ਹੈ ਆਪਣੀ ਮਿੱਟੀ ਦੀ ਪ੍ਰਦੂਸ਼ਣ ਨੂੰ ਕਿਵੇਂ ਆਪਾਂ ਬਚਾ ਸਕੀਏ, ਖਾਸ ਕਰਕੇ ਸੋਇਲ ਪੋਲਿਊਸ਼ਨ ਹੋ ਰਿਹਾ ਜਿਹੜੀ ਧਰਤੀ ਮਾਂ ਨੂੰ ਪਲੀਤ ਕਰ ਰਿਹਾ। ਪਹਿਲਾਂ ਆਪਾਂ ਗੱਲ ਕੀਤੀ ਉਪਜਾਊ ਸ਼ਕਤੀ ਆਪਣੀ ਜਿਹੜੀ ਹਵਾ ਪ੍ਰਦੂਸ਼ਣ ਦੀ ਕਰ ਰਹੀ ਹੈ, ਦੇਖੋ ਉਪਜਾਊ ਜਿਹੜੀ ਮਿੱਟੀ ਹੈ ਨਾ ਸਾਨੂੰ ਮਿਲੀ ਹੋਈ ਹੈ, ਜਿਸ 'ਚ ਅਸੀਂ ਬਹੁਤ ਸਾਰਾ ਅਨਾਜ ਉਗਾਉਂਦੇ ਹਾਂ ਖਾਣ ਪੀਣ ਵਾਸਤੇ, ਸਬਜ਼ੀਆਂ ਹੋ ਗਿਆ, ਫਲ ਫਰੂਟ ਸਾਰਾ ਕੁਛ ਇਸੇ ਵਿੱਚ ਹੀ ਉਗਾਇਆ ਜਾਂਦਾ। ਸੋ ਜੇਕਰ ਇਹ ਪਲੀਤ ਹੋ ਗਿਆ, ਦੂਸ਼ਿਤ ਹੋ ਗਿਆ, ਤਾਂ ਇਹਨੇ ਇੱਕ ਦਿਨ ਨਾ ਦੇਖੋ ਕਿਸੇ ਚੀਜ਼ ਦੀ ਹੱਦ ਹੁੰਦੀ ਆ। ਬਿਲਕੁਲ, ਹੈ ਨਾ, ਆਪਾਂ ਉਸ 'ਚ ਸੁੱਟੀ ਜਾਂਦੇ ਹਾਂ, ਦੱਬੀ ਜਾਂਦੇ ਹਾਂ, ਸੁੱਟੀ ਜਾਂਦੇ ਹਾਂ, ਦੱਬੀ ਜਾਂਦੇ ਹਾਂ, ਮਿੱਟੀ ਖਰਾਬ ਹੋ ਰਹੀ ਹੈ, ਇੱਕ ਨਾ ਇੱਕ ਸਟੇਟ ਇਵੇਂ ਦੀ ਆਊਗੀ ਕਿ ਇਹ ਉਪਜਾਊ ਇਹਦੀ ਜਿਹੜੀ ਸ਼ਕਤੀ ਹੋਊਗੀ ਬਿਲਕੁਲ ਖਤਮ ਹੋ ਜਾਣੀ ਹੈ। ਬਿਲਕੁਲ, ਅਤੇ ਜਦੋਂ ਉਪਜਾਊ ਸ਼ਕਤੀ ਖਤਮ ਹੋ ਗਈ ਤਾਂ ਫਿਰ ਸਾਨੂੰ ਫਸਲ ਜਿਹੜੀ ਖਾਸ ਕਰਕੇ ਝਾੜ ਆ ਉਹਦਾ ਨਹੀਂ ਮਿਲਣਾ ਬਖੂਬੀ, ਅਤੇ ਦੂਜੇ ਨੰਬਰ 'ਤੇ ਆਸੇ ਪਾਸੇ ਇੱਕ ਨਾ ਜਦੋਂ ਆਪਾਂ ਕਿਤੇ ਕੂੜਾ ਸੁੱਟ ਦਿੰਦੇ ਹਾਂ ਹੈ ਨਾ, ਢੇਰ ਲਾ ਤਾ ਕੂੜੇ ਦਾ, ਤਾਂ ਉਹਦਾ ਇੱਕ ਬੋ ਆਉਣ ਲੱਗ ਜਾਂਦੀ ਹੈ, ਇੱਕ ਜਿਹੜੀ ਚੰਗੀ ਨਹੀਂ ਲੱਗਦੀ ਸਾਨੂੰ ਨਾ, ਆਸਾ ਪਾਸਾ ਚੰਗਾ ਲੱਗਦਾ, ਆਪਾਂ ਨੱਕ ਵੱਟ ਕੇ ਲੰਘਦੇ ਹਾਂ ਕਿ ਇੱਥੇ ਕਿਹਨੇ ਕੂੜਾ ਸੁੱਟਿਆ, ਚਲੋ ਪਾਸੇ ਨੂੰ ਹੋ ਜਾਓ, ਹਵਾ ਏਅਰ ਪੋਲਿਊਸ਼ਨ ਆ ਗਿਆ, ਫਿਰ ਉਹ ਆਪਾਂ ਨੂੰ ਸਾਹ ਲੈਣ 'ਚ ਫਿਰ ਅਸਥਮਾ ਆਉਂਦਾ, ਫਿਰ ਖੰਘ ਜ਼ੁਕਾਮ ਹੁੰਦੇ ਨੇ, ਫਿਰ ਕਹਿੰਦੇ ਵੀ ਸੈੱਟ ਕਿਉਂ ਨਹੀਂ ਹੁੰਦੇ ਆਪਾਂ। ਇੱਕ ਹੋਰ ਉੱਤੇ ਜਿਹੜੀਆਂ ਮੱਖੀਆਂ ਭਿਣਕਦੀਆਂ ਨੇ ਉਹ ਅਲੱਗ, ਤੇ ਉਹੀ ਮੱਖੀਆਂ ਸਾਡੇ ਖਾਣੇ ਦੇ ਆ ਜਾਂਦੀਆਂ ਨੇ, ਘਰਾਂ 'ਚ ਆ ਜਾਂਦੀਆਂ ਨੇ, ਫਿਰ ਸਾਨੂੰ ਫਿਰ ਬਿਮਾਰੀਆਂ ਆਉਂਦੀਆਂ ਨੇ ਜੀ। ਸੋ ਇੱਕ ਨਾ ਇੱਕ ਨੂੰ ਤਰੀਕੇ ਨਾਲ ਇਹ ਇੰਟਰਲਿੰਕਡ ਜਿਹਾ ਟੌਪਿਕ ਹੈ ਨਾ, ਵਾਤਾਵਰਨ ਕੜੀ ਦੂਜੇ ਨਾਲ ਜੁੜੇ ਹੋਏ ਆ। ਤੇ ਹੁਣ ਆਪਾਂ ਗੱਲ ਕਰਾਂਗੇ ਪਾਣੀ ਪ੍ਰਦੂਸ਼ਣ ਦੀ। ਪਾਣੀ ਪ੍ਰਦੂਸ਼ਣ ਤੁਸੀਂ ਦੇਖੋ ਪ੍ਰਦੂਸ਼ਿਤ ਕਿੰਨਾ ਹੋ ਰਿਹਾ, ਨਹਿਰਾਂ ਦੇ ਵਿੱਚ ਲਾ ਲਓ, ਦਰਿਆਵਾਂ 'ਚ ਲਗਾ ਲਓ, ਕਦੇ ਕਹਿੰਦੇ ਸੀ ਕਿ ਪੰਜਾਬ 5 ਦਰਿਆਵਾਂ ਦੀ ਧਰਤੀ ਹੈ, ਤੇ ਢਾਈ ਮਸਾਂ ਹੀ ਰਹੇ ਨੇ, 28 ਤੋਂ ਵੀ ਘੱਟਦੇ ਹੀ ਰਹਿ ਜਾ ਰਿਹਾ। ਸੋ ਮੈਂ ਇਹ ਕਹੂੰਗਾ ਕਿ ਜਿਹੜੇ ਸਾਡਾ ਪਾਣੀ ਹੈ, ਇਹ ਵਡਮੁੱਲੀ ਦਾਤ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ, ਇਹਨੂੰ ਸਾਨੂੰ ਬਚਾਉਣ ਦੀ ਲੋੜ ਹੈ, ਸਾਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ। ਫੈਕਟਰੀਆਂ ਜਿਵੇਂ ਲਾ ਲਓ ਨਾ, ਫੈਕਟਰੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਮੈਂ ਦੇਖੀ ਗੱਲ ਆ, ਫੈਕਟਰੀ ਦਾ ਪਾਣੀ ਉਹ ਧਰਤੀ ਦੇ ਵਿੱਚ ਦੱਬਿਆ ਹੋਇਆ, ਉਹਨਾਂ ਨੇ ਬਾਹਰ ਕੱਢੇ ਨਹੀਂ ਰਹੇ, ਧਰਤੀ ਦੇ ਵਿੱਚ ਜਾ ਰਿਹਾ ਬੋਰ ਕਰਕੇ। ਬਿਲਕੁਲ ਨਹੀਂ, ਮਤਲਬ ਪੈਪ ਨੇ ਉਹ ਜਿਹੜੇ ਧਰਤੀ ਦੇ ਵਿੱਚ ਦੱਬੇ ਨੇ, ਉਹ ਨਾਲ ਲੱਗਦੇ ਖੇਤ ਨੇ, ਉਹਨਾਂ ਦਾ ਉਪਜਾਊ ਸ਼ਕਤੀ ਘੱਟ ਰਹੀ ਆ, ਗੰਦਾ ਪਾਣੀ ਉੱਧਰ ਜਾ ਰਿਹਾ, ਤੇ ਉਹ ਕਣਕ ਉੱਗਣੀ ਜਾਂ ਝੋਨਾ ਉੱਗਣਾ ਜੋ ਵੀ ਹੈ ਨਾ, ਉਹ ਆਪਾਂ ਖਾਣਾ, ਫਿਰ ਬਿਮਾਰੀਆਂ ਨੂੰ ਫੇਰ ਘਰ ਕਰ ਰਹੇ ਹਾਂ ਆਪਾਂ, ਇਹਦੇ ਵੱਲ ਆਪਾਂ ਨੂੰ ਬਹੁਤ ਧਿਆਨ ਦੇਣਾ, ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇੱਕ ਤਾਂ ਪਾਣੀ ਬਚਾਉਣ ਦੀ ਲੋੜ ਹੈ, ਖਾਸ ਕਰਕੇ
ਜਿਹੜੇ ਸਾਡੇ ਵੀਰ ਪਾਣੀ ਨੂੰ ਨਸ਼ਟ ਕਰਦੇ ਨੇ, ਖਾਸ ਕਰਕੇ ਦੂਸ਼ਿਤ ਕਰਦੇ ਨੇ. ਦੇਖੋ ਇਹਦੇ ਨਾਲ ਇਕੱਲਾ ਪਾਣੀ ਖਰਾਬ ਤਾਂ ਹੋ ਹੀ ਰਿਹਾ, ਉਹਦੇ ਨਾਲ ਨਾ ਜਿਹੜੀਆਂ ਮੱਛੀਆਂ ਹੁੰਦੀਆਂ ਨੇ, ਖਾਸ ਕਰਕੇ ਜੀਵ ਉਹਦੇ ਪਾਣੀ 'ਚ ਰਹਿੰਦੇ ਨੇ, ਉਹ ਸਾਨੂੰ ਦਿਖਦੇ ਵੀ ਨਹੀਂ ਅੱਖਾਂ ਨਾਲ, ਉਹ ਚੀਜ਼ ਉਹਨਾਂ ਦਾ ਜਿਹੜਾ ਲਾਈਫ ਸਾਈਕਲ ਹੈ, ਲਾਈਫ ਸਪੈਨ ਹੈ, ਉਹ ਵੀ ਪ੍ਰਭਾਵਿਤ ਹੋ ਰਿਹਾ ਇੱਕ ਤਰ੍ਹਾਂ ਤੋਂ. ਤੇ ਉਹੀ ਉਹੀ ਚੀਜ਼ਾਂ ਫਿਰ ਕਈ ਸਾਡੇ ਵਿੱਚ ਦੋਸਤ ਨੇ, ਖਾਸ ਦਰਸ਼ਕ ਨੇ, ਉਹ ਮਾਸਾਹਾਰੀ ਵੀ ਨੇ, ਉਹ ਚੀਜ਼ਾਂ ਜਦੋਂ ਲੈ ਕੇ ਖਾਂਦੇ ਨੇ ਤਾਂ ਉਹ ਇੱਕ ਤਰ੍ਹਾਂ ਤੋਂ ਉਹੀ ਜਿਹੜਾ ਪਾਣੀ ਮੱਛੀ ਨੇ ਖਾਧਾ ਹੁੰਦਾ ਜਾਂ ਪੀਤਾ ਹੁੰਦਾ ਜਾਂ ਕੋਈ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਆਪਾਂ ਸੁੱਟਦੇ ਹਾਂ ਪਾਣੀ ਦੇ ਵਿੱਚ, ਉਹ ਖਾਧੀਆਂ ਹੁੰਦੀਆਂ ਨੇ, ਉਹ ਇੰਡਕਟਲੀ ਜਦੋਂ ਆਪਣਾ ਮਾਸ ਖਾਂਦੇ ਹਾਂ ਉਹ ਸਾਡੇ 'ਚ ਆ ਜਾਂਦੀਆਂ ਨੇ, ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਫੈਕਟ ਹੁੰਦਾ ਤਾਂ ਸਾਰਾ ਸਰੀਰ ਸਾਡਾ ਇਫੈਕਟ ਹੋ ਹੀ ਜਾਂਦਾ, ਅਤੇ ਫਿਰ ਜਾਂਦੇ ਆਪਾਂ ਡਾਕਟਰਾਂ ਦੇ ਕੋਲ ਹੈ ਨਾ ਦਵਾਈ ਲੈਣ. ਸੋ ਇਹਦੇ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਪਾਣੀ ਬਚਾਉਣ ਦੀ, ਅਤੇ ਪਾਣੀ ਦਾ ਪੱਧਰ ਦਿਨ ਪਰ ਦਿਨ ਇੰਨਾ ਜ਼ਿਆਦਾ ਘੱਟਦਾ ਜਾ ਰਿਹਾ ਕਿ ਅਸੀਂ ਪਾਣੀ ਦੀਆਂ ਬੋਤਲਾਂ ਲੈਣ ਤੱਕ ਮਜਬੂਰ ਹੋ ਚੁੱਕੇ ਹਾਂ ਜੀ. ਜਿਵੇਂ ਨਾ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਆਪਣਾ ਮੀਂਹ ਪੈਂਦੇ ਨੇ ਉਹਦਾ ਪਾਣੀ ਆਪਾਂ ਕੋਈ ਪ੍ਰੋਜੈਕਟ ਲੈ ਕੇ ਆਈਏ ਇੱਦਾਂ ਦੇ ਨਾ ਸਟੋਰ ਕਰੀਏ, ਉਹ ਪਾਣੀ ਆਪਾਂ ਖੇਤਾਂ ਦੇ ਵਿੱਚ ਵਰਤ ਸਕਦੇ ਹਾਂ. ਉਹਦੇ ਜਦ ਖੇਤ ਦੇ ਵਿੱਚ ਕੋਈ ਹੋਰ ਆਪਾਂ ਝੋਨਾ ਲਾਉਣਾ, ਕਣਕ ਲਾਉਣੀ ਜਾਂ ਉਸ ਟਾਈਮ ਉਹਨੂੰ ਆਪਾਂ ਵਰਤੀਏ ਤੇ ਪਾਣੀ ਬਚ ਸਕਦਾ ਬਹੁਤ, ਹੈ ਨਾ. ਇਹੋ ਜਿਹੇ ਪ੍ਰੋਜੈਕਟ ਸਰਕਾਰ ਨੂੰ ਵੀ ਜਾਂ ਆਪਾਂ ਨੂੰ ਵੀ ਇਹ ਕਰਨਾ ਪੈਣਾ, ਹੈ ਨਾ. ਹੰਬਲਾ ਦੇਖੋ ਸਰਕਾਰ ਤਾਂ ਹੰਬਲਾ ਮਾਰਦੀ ਹੈ ਆਪਾਂ ਨੂੰ ਵੀ, ਪਰ ਉਹਦੇ ਹੰਬਲੇ ਨਾਲ ਜਦੋਂ ਅਸੀਂ, ਪਹਿਲੀ ਗੱਲ ਤਾਂ ਸਾਨੂੰ ਨਾ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ. ਤੁਸੀਂ ਮੰਨੋਗੇ ਨੀ ਕਬੀਰ, ਮੈਂ ਨਾ ਆਪਣੇ ਘਰ ਦੇ ਵਿੱਚ ਆਰ ਓ ਫਿਲਟਰ ਲਾਇਆ ਹੋਇਆ ਜੀ, ਠੀਕ ਹੈ. ਸਭ ਦੇ ਘਰਾਂ 'ਚ ਆਮ ਲੱਗੇ ਨੇ ਕਿਉਂਕਿ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ, ਕਿਉਂਕਿ ਸਾਫ਼ ਕਰਕੇ ਪਾਣੀ ਪੀਣ ਦੀ ਲੋੜ ਪੈਂਦੀ ਹੈ. ਮੈਂ ਆਪਣੇ ਘਰ ਦੇ ਵਿੱਚ ਆਰ ਓ ਫਿਲਟਰ ਲਾਇਆ ਹੋਇਆ, ਅਤੇ ਜਿਹੜਾ ਉਹਦਾ ਪਾਣੀ ਦੀ ਜਿਹੜੀ ਆਊਟਲੈਟ ਹੈ ਨਾ, ਜਿਹੜਾ ਪਾਣੀ ਬਾਹਰ ਕੱਢਦਾ, ਉਹਦੇ ਅੱਗੇ ਨਾ ਮੈਂ ਬਾਹਰ ਕੱਢ ਕੇ ਪਾਈਪ ਨੂੰ ਥੋੜ੍ਹਾ ਲੰਮਾ ਕਰਕੇ ਉਹਦੇ ਬਾਹਰ ਨਾ ਇੱਕ ਬਾਲਟੀ ਲਾ ਦੀ, ਉਹ ਬਾਲਟੀ ਨਾ ਭਰ ਜਾਂਦੀ ਹੈ, ਵੱਡੀ ਬਾਲਟੀ ਹੈ. ਜਦੋਂ ਭਰ ਜਾਂਦੀ ਹੈ ਉਹ ਨਾ ਅਸੀਂ ਜਾਂ ਤਾਂ ਫਿਰ ਉਹਨੂੰ ਡੰਗਰਾਂ ਨੂੰ ਪਿਆ ਦਿੰਦੇ ਹਾਂ ਪਾਣੀ, ਉਹ ਸਾਡੇ ਘਰ ਪਸ਼ੂ ਵੀ ਨੇ, ਅਤੇ ਜਾਂ ਫਿਰ ਉਹ ਪਾਣੀ ਅਸੀਂ ਬੂਟਿਆਂ 'ਚ ਪਾ ਦਿੰਦੇ ਹਾਂ. ਸੋ ਇਹਦੇ ਨਾਲ ਇੱਕ ਤਾਂ ਪਾਣੀ ਬਚਦਾ ਹੈ ਨਾ, ਉਹ ਪਾਣੀ ਨੂੰ ਫਰਜ਼ ਕਰੋ ਆਪਾਂ ਨੇ ਕੋਈ ਕੰਮ ਨਵਾਂ ਕਰਨਾ, ਜਾਂ ਫਿਰ ਤੁਸੀਂ ਕੱਪੜੇ ਵੀ ਧੋ ਸਕਦੇ ਹੋ ਪਾਣੀ ਦੇ ਨਾਲ, ਕਿਉਂ ਪਾਣੀ ਤਾਂ ਖੈਰ ਖਰਾਬ ਨਹੀਂ ਹੁੰਦਾ ਉਹ, ਜੇ ਸਾਡੇ ਘਰ 'ਚ ਆਰ ਓ ਹੀ ਨਾ ਹੋਵੇ ਫਿਰ ਪਾਣੀ ਵੀ ਤਾਂ ਅਸੀਂ ਪੀਵਾਂਗੇ ਉਹ ਜਿਹੜਾ ਆ ਰਿਹਾ ਸਾਡੇ ਮੋਟਰ 'ਚੋਂ. ਸੋ ਇਹੀ ਗੱਲ ਹੈ ਕਿ ਸਾਨੂੰ ਪਾਣੀ ਨਾ ਸੰਜਮ ਨਾਲ ਵਰਤਣ ਦੀ ਲੋੜ ਹੈ, ਬਚਾਉਣ ਦੀ ਲੋੜ ਹੈ, ਖਾਸ ਕਰਕੇ ਛੋਟੇ ਛੋਟੀਆਂ ਆਪਾਂ ਕਦਮ ਚੁੱਕੀਏ ਤਾਂ ਅਸੀਂ ਆਪਾਂ ਵੱਡੇ ਲੈਵਲ 'ਤੇ ਜਾ ਕੇ ਆਪਾਂ ਪਾਣੀ ਨੂੰ ਬਚਾ ਸਕਦੇ ਹਾਂ. ਆਪਾਂ ਨੂੰ ਸਾਰਿਆਂ ਨੂੰ ਕਰਨਾ ਪੈਣਾ ਨਾ ਇਹ. ਹਾਂਜੀ ਉਹੀ ਗੱਲ ਕਹੀ ਕਿ ਸਾਰਿਆਂ ਨੂੰ ਹੀ ਕਰਨ ਦੀ ਲੋੜ ਹੈ, ਇਹ ਨਹੀਂ ਹੈਗਾ ਕਿ ਇਕੱਲਾ ਮੈਂ ਕਰ ਰਿਹਾ ਤੁਸੀਂ ਨਾ ਕਰੋ, ਸਾਰੇ ਜਣੇ ਇੱਕ ਹੋਕਾ ਦੇਈਏ. ਕਈ ਕਹਿ ਦਿੰਦੇ ਆ ਵੀ ਮੇਰੇ ਇਕੱਲੇ ਦੇ ਕਰਨਾ ਕੀ ਹੋਣਾ, ਇਕੱਲੇ 'ਚ ਇਕੱਲਾ ਇਕੱਲਾ ਉੱਠੂ ਤਾਂ ਹੀ ਬੂੰਦ ਬੂੰਦ ਨਾਲ ਸਾਗਰ ਭਰਦਾ ਨਾ, ਬੂੰਦ ਬੂੰਦ ਨਾਲ ਸਾਗਰ ਭਰਦਾ. ਇੱਕ ਮੈਂ ਸੁਰਜੀਤ ਪਾਤਰ ਜੀ ਦੀ ਪੜ੍ਹੀ ਸੀ ਵੀ ਉਹ ਕਹਿੰਦੇ ਸੀ ਹੈ ਨਾ, ਇੱਕ ਜੰਗਲ ਦੇ ਵਿੱਚ ਅੱਗ ਲੱਗੀ ਹੈ ਤੇ ਚਿੜੀ ਚੁੰਝਾਂ ਨਾਲ ਭਜਾਉਣ ਪਾਣੀ ਭਰ ਭਰ ਕੇ ਪਾਉਣ ਲੱਗੀ ਸੀ ਤੇ ਮੁਸਾਫਰ ਜਾਂਦਾ, ਉਹ ਕਹਿੰਦਾ ਵੀ ਤੇਰੇ ਇਹਦੇ ਨਾਲ ਕਿਹੜਾ ਵੀ ਜੰਗਲ ਦੀ ਅੱਗ ਬੁੱਝ ਜਾਣੀ ਹੈ. ਹਾਂਜੀ ਉਹ ਕਹਿੰਦੇ ਵੀ ਜਦ ਕਦੇ ਕੱਲ ਨੂੰ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਅੱਗ ਲਾਉਣ ਵਾਲਿਆਂ 'ਚ ਨਹੀਂ, ਭਜਾਉਣ ਵਾਲਿਆਂ. ਵੀ ਆਪਾਂ ਉਹ ਤਰੀਕੇ ਨਾਲ ਕਰੀਏ ਨਾ ਵੀ ਇਕੱਲੇ ਦੇ ਕਰਨਾ, ਸਭ ਸਾਰਿਆਂ ਨਾਲ ਹੰਬਲਾ ਮਾਰਨਾ, ਇਕੱਲੇ ਦੇ ਕਰਨ ਵਾਲੇ ਹੋਣਾ ਸਭ, ਤਾਂ ਹੀ ਸਭ ਬਣਾਂਗੇ. ਬਿਲਕੁਲ ਜੀ, ਇਕੱਲਾ ਇਕੱਲਾ ਜੇਕਰ ਸਾਰੇ ਕਦਮ ਲੈਣਗੇ ਕਿ ਮੈਂ ਇਨੀਸ਼ੀਏਟਿਵ ਲਵਾਂ ਕਿ ਮੈਂ ਇਹ ਚੀਜ਼ ਨੂੰ ਕਰਾਂ ਬਚਾਵਾਂ, ਸਭ ਆਪਣੀ ਜ਼ਿੰਮੇਵਾਰੀ ਸਮਝਣ. ਸੋ ਬਹੁਤ ਸਾਰੀਆਂ ਗੱਲਾਂ ਨੇ ਕਿ ਪਾਣੀ ਨੂੰ ਬਚਾਉਣ ਦੀ ਲੋੜ ਹੈ, ਮਿੱਟੀ ਨੂੰ ਬਚਾਉਣ ਦੀ ਲੋੜ ਹੈ, ਖਾਸ ਕਰਕੇ ਹਵਾ ਨੂੰ ਬਚਾਉਣ ਦੀ ਲੋੜ ਹੈ, ਤੇ ਇੱਕ ਹੋਰ ਪ੍ਰਦੂਸ਼ਣ ਹੁੰਦਾ ਖਾਸ ਕਰਕੇ, ਖੈਰ ਉਹ ਪ੍ਰਦੂਸ਼ਿਤ ਉਹ ਵੀ ਕਰਦਾ ਵਾਤਾਵਰਨ. ਆਪਾਂ ਦੇਖਦੇ ਹਾਂ ਡੀਜੇ ਦੇ ਵੱਧਦੇ ਸਪੀਕਰ, ਪੈਲਸਾਂ 'ਚ ਇੰਨੇ ਜ਼ਿਆਦਾ ਸਪੀਕਰ ਵੱਜਦੇ ਨੇ, ਖਾਸ ਕਰਕੇ ਆਪਾਂ ਜਦੋਂ ਸੜਕ 'ਤੇ ਜਾਂਦੇ ਹਾਂ ਇੰਨੇ ਜ਼ਿਆਦਾ ਸਪੀਕਰ ਵੱਜਦੇ ਨੇ, ਹੌਰਨ ਵੱਜਦੇ ਨੇ, ਹੈ ਨਾ. ਸੋ ਉਹ ਵੀ ਕਿਤੇ ਨਾ ਕਿਤੇ ਵਾਤਾਵਰਨ ਨੂੰ ਪਲੀਤ ਕਰਦਾ. ਕਰ ਰਿਹਾ ਬਿਲਕੁਲ, ਉਹਦੇ ਨਾਲ ਆਪਾਂ ਨੂੰ ਕੰਨਾਂ ਦੇ ਵਿੱਚ ਵੀ ਪ੍ਰੋਬਲਮਸ ਆਉਣ ਲੱਗ ਜਾਂਦੀਆਂ, ਕੰਨ ਦੁਖਣ ਲੱਗ ਜਾਂਦੇ ਨੇ, ਹੈ ਨਾ. ਤੇ ਆਪਾਂ ਮੋਟਰ ਗੱਡੀਆਂ ਦੇ ਉੱਤੇ ਹਾਰਨ ਵੱਡੇ ਵੱਡੇ ਲਵਾ ਲੈਂਦੇ ਹਾਂ ਜੀ,
ਤੇ ਬਜ਼ੁਰਗਾਂ ਨੂੰ ਇਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਨੇ, ਖਾਸ ਕਰਕੇ ਜਿਹੜੇ ਹਾਰਟ ਪੇਸ਼ੈਂਟ ਦੇ ਕੋਲ, ਖਾਸ ਕਰਕੇ ਜਿਹੜੇ ਹਾਰਟ ਪੇਸ਼ੈਂਟਸ ਨੇ ਨਾ, ਜਦੋਂ ਉਹਨਾਂ ਦੇ ਕੋਲ ਹਾਰਨ ਵੱਜਦਾ ਨਾ, ਇੱਕਦਮ ਦਿਲ ਉਹਨਾਂ ਦਾ ਕੰਬ ਜਾਂਦਾ, ਤੁਸੀਂ ਮੰਨਿਆ ਹੋਣਾ। ਕਈ ਵਾਰ ਆਪਣੇ ਨਾਲ ਵੀ ਹੁੰਦਾ, ਇਹ ਚੀਜ਼ ਮੈਂ ਵੀ ਮਹਿਸੂਸ ਕੀਤੀ ਆ, ਆਪਣੇ ਨਾਲ ਵੀ ਹੁੰਦਾ ਜੀ। ਕਈ ਵਾਰ ਆਪਣੇ ਘਰਾਂ ਦੇ ਵਿੱਚ ਨਾ ਸ਼ੀਸ਼ੇ ਲਗਾਏ ਵੀ ਹੁੰਦੇ ਨੇ, ਸਾਰਾ ਦਿਨ ਸ਼ੀਸ਼ੇ ਲਗਾਏ ਹੁੰਦੇ ਨੇ ਵਾਰੀਆਂ ਦੇ ਵਿੱਚ, ਜਦੋਂ ਕਿਸੇ ਸਪੀਕਰ ਦੀ ਬੇਸ ਇੰਨਾ ਜ਼ਿਆਦਾ ਹੁੰਦਾ ਹੈ ਨਾ, ਉਹਦਾ ਐਂਪਲੀਫਾਇਰ ਦਾ ਬੇਸ ਇੰਨਾ ਜ਼ਿਆਦਾ ਹੁੰਦਾ ਹੈ, ਤੁਸੀਂ ਦੇਖੋ ਕਈ ਵਾਰ ਤਾਂ ਉਹ ਜਿਹੜੇ ਸ਼ੀਸ਼ੇ ਵੀ ਕੰਬਦੇ ਨੇ ਤੇ ਟੁੱਟ ਵੀ ਜਾਂਦੇ ਨੇ, ਇਹ ਸਭ ਨੇ ਨੋਟ ਕੀਤੀ ਹੈ ਗੱਲ ਹੈ ਨਾ। ਸੋ ਮੇਰਾ ਖਿਆਲ ਹੈ, ਮੈਂ ਇਹੀ ਕਹੂੰਗਾ ਕਿ ਹੁਣ ਜਿਵੇਂ ਵਿਆਹ ਦਾ ਸੀਜ਼ਨ ਵੀ ਆਊਗਾ, ਕੋਸ਼ਿਸ਼ ਕਰੀਏ ਕਿ ਅਗਰ ਆਪਾਂ ਨੇ ਇਹ ਗੀਤ ਸੰਗੀਤ ਵਜਾਉਣਾ ਹੈ ਤਾਂ ਘੱਟ ਮਾਤਰਾ ਤੇ ਆਵਾਜ਼ ਕਰਕੇ ਵਜਾਈਏ, ਹੈ ਨਾ। ਹੌਲੀ ਹੌਲੀ ਸਾਹਿਬ ਆਪਾਂ ਘਟਾਉਂਦੇ ਜਾਵਾਂਗੇ ਤਾਂ ਹੋ ਜੂ, ਸਭ ਕੁਛ ਸੈੱਟ ਹੋ ਜੂ, ਕਰਨ ਦੇ ਨਾਲ ਹੋਊਗਾ ਸਭ ਕੁਛ ਜੀ। ਸੋ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ, ਧਰਤੀ ਮਾਂ ਨੂੰ ਬਚਾਉਣ ਦੀ ਲੋੜ ਹੈ, ਪਾਣੀ ਨੂੰ ਬਚਾਉਣ ਦੀ ਲੋੜ ਹੈ, ਹਵਾ ਨੂੰ ਬਚਾਉਣ ਦੀ ਲੋੜ ਹੈ, ਜੋ ਸਾਨੂੰ ਬਹੁਤ ਹੀ ਵਡਮੁੱਲੀ ਦਾਤ ਮਿਲੀ ਹੋਈ ਹੈ ਕੁਦਰਤ ਤੋਂ, ਅਸੀਂ ਉਹਨੂੰ ਬਚਾ ਲਈਏ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕਬੀਰ ਆਪਾਂ ਇੱਕ ਵਧੀਆ ਚੀਜ਼ ਦੇ ਕੇ ਜਾਈਏ, ਵਧੀਆ ਇਨਵਾਇਰਮੈਂਟ ਦੇ ਕੇ ਜਾਈਏ, ਤੇ ਸਾਨੂੰ ਉਹ ਯਾਦ ਰੱਖਣ ਤੇ ਕਹਿਣ ਕਿ ਸਾਡੇ ਲਈ ਕੁਝ ਕਰਕੇ ਗਏ ਨੇ ਸਾਡੇ ਪੂਰਵਜ, ਕਹਿਣ ਵੀ ਸਾਡੇ ਦਾ ਬੜੇ ਕਰਕੇ ਆ ਗੰਦਾ ਕਰਕੇ ਸਾਡਾ ਪੋਲਿਊਸ਼ਨ ਸਾਰਾ ਕਰਕੇ, ਕਿਉਂਕਿ ਦੋਸ਼ ਹਮੇਸ਼ਾ ਇਨਸਾਨ ਦੂਜੇ ਨੂੰ ਦਿੰਦਾ, ਆਪਣੇ ਆਪ ਨੂੰ ਨਹੀਂ ਕਰ ਦਿੰਦਾ। ਸੋ ਲੋੜ ਹੈ ਕਿ ਆਪਾਂ ਆਪਣੇ ਆਪ ਤੋਂ ਇਨੀਸ਼ੀਏਟਿਵ ਲਈਏ, ਇਸ ਧਰਤੀ ਨੂੰ ਬਚਾਈਏ, ਤਾਂ ਕਿ ਅਸੀਂ ਮਾਣ ਨਾਲ ਕਹਿ ਸਕੀਏ ਕਿ ਅਸੀਂ ਸ਼ੁੱਧ ਵਾਤਾਵਰਨ 'ਚ ਰਹਿੰਦੇ ਹਾਂ ਤੇ ਅਸੀਂ ਸ਼ੁੱਧ ਵਾਤਾਵਰਨ ਬਣਾਇਆ ਹੋਇਆ। ਸੋ ਅੱਜ ਦੇ ਗੱਲਬਾਤ ਲਈ ਇੰਨਾ ਹੀ, ਸਾਨੂੰ ਅੱਜ ਅਸੀਂ ਗੱਲਬਾਤ ਕੀਤੀ ਕਿ ਅਸੀਂ ਵਾਤਾਵਰਨ ਨੂੰ ਕਿਵੇਂ ਬਚਾਈਏ, ਧਰਤੀ ਮਾਂ ਨੂੰ ਕਿਵੇਂ ਬਚਾਈਏ, ਉਹਦੇ ਹੈਲਥ ਨੂੰ ਕਿਵੇਂ ਬਚਾਈਏ, ਤਮਾਮ ਗੱਲਾਂ ਹੋਈਆਂ। ਸੋ ਕਿਸੇ ਦਿਨ ਫਿਰ ਅਸੀਂ ਹਾਜ਼ਰ ਹੋਵਾਂਗੇ ਲੈ ਕੇ ਇੱਕ ਨਵੀਂ ਗੱਲਬਾਤ, ਇੱਕ ਨਵੇਂ ਵਿਸ਼ੇ ਉੱਤੇ, ਤੇ ਮੈਨੂੰ ਗੁਰਿੰਦਰਪਾਲ ਸਿੰਘ ਨੂੰ, ਮੈਨੂੰ ਕਬੀਰ ਸਿੰਘ ਨੂੰ ਦਿਓ, ਸਾਨੂੰ ਦੋਵਾਂ ਨੇ ਜਦੋਂ ਦਿਓ ਇਜਾਜ਼ਤ। ਧੰਨਵਾਦ ਜੀ।